ਬਸ ਅਸੀਂ ਨਿਕਲਣ ਲੱਗੇ ਹਾਂ ਹੁਣ ਗੁਰਦੁਆਰੇ ਵਾਸਤੇ। ਸਤਿ ਸ੍ਰੀ ਅਕਾਲ ਜੀ। ਬਸ ਗਿਆਨੀ ਜੀ ਕਹਿੰਦੇ ਪਏ ਹੁਣ ਚਾਹ ਕਿਤਨੇ ਗੱਲਾਂ ਕਰਨੇ ਆ ਤੇ ਸਾਨੂੰ ਚਾਹ ਚਾਹੀਦੇ ਆ। ਇੰਡੀਆ ਦਾ ਸਾਗ ਵੀ ਖਵਾਉਣਾ ਨਾ। ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਕੀ ਹਾਲ ਚਾਲ ਹੈ। ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ। ਅਤੇ ਅੱਜ ਅਸੀਂ ਚੱਲੇ ਹੈਗੇ ਗੁਰਦੁਆਰੇ ਤੇ ਅੱਜ ਦਾ ਵਲੌਗ ਬਹੁਤ ਹੀ ਸਪੈਸ਼ਲ ਹੋਣ ਵਾਲਾ ਹੈ, ਕਿਉਂਕਿ ਅੱਜ ਮੈਂ ਇਸ ਵਲੌਗ ਵਿੱਚ ਸਿਰਫ ਔਰ ਸਿਰਫ ਪੂਰੀ ਪੂਰੀ ਕੋਸ਼ਿਸ਼ ਕਰਾਂਗੀ ਕਿ ਪੰਜਾਬੀ ਵਿੱਚ ਹੀ ਗੱਲ ਕਰਾਂ। ਪ੍ਰੀਤੀ ਕਰੇਗੀ, ਮੇਰੇ ਸੇ ਮਤਲਬ ਮੈਂ ਨਹੀਂ ਕਰ ਪਾਉਂਗਾ। ਆਈਲ ਟ੍ਰਾਈ ਮਾਈ ਬੈਸਟ। ਮੈਨੂੰ ਮਾਫ ਕਰਨਾ ਅਗਰ ਮੈਂ ਕੋਈ ਵੀ ਵਰਡ ਇੰਗਲਿਸ਼ ਦਾ ਮਤਲਬ ਅੰਗਰੇਜ਼ੀ ਦਾ ਯੂਜ਼ ਕਰ ਲਵਾਂ ਤੇ ਮਾਫ ਕਰਨਾ ਉਹਦੇ ਵਾਸਤੇ। ਪਰ ਤੁਹਾਡੀ ਬੜੀ ਰਿਕੁਐਸਟ ਆਈ ਕਿ ਤੁਸੀਂ ਇੱਕ ਵਲੌਗ ਸਿਰਫ ਪੰਜਾਬੀ 'ਚ ਬਣਾਓ ਤੇ ਇਹ ਵਲੌਗ ਤੁਹਾਡੇ ਸਾਰਿਆਂ ਵਾਸਤੇ ਹੈ, ਨਾਲੇ ਬਾਬਾ ਜੀ ਦੇ ਦਰਸ਼ਨ ਕਰਾਵਾਂਗੇ ਤੁਹਾਨੂੰ ਅੱਜ। ਵੈਸੇ ਜਦੋਂ ਤੁਸੀਂ ਮੇਰਾ ਵਲੌਗ ਦੇਖ ਰਹੇ ਹੋਗੇ, ਗੁਰਪੁਰਬ ਨੂੰ 2 ਤੋਂ 3 ਦਿਨ ਹੋ ਚੁੱਕੇ ਹੋਣਗੇ, ਸ਼ਾਇਦ ਜ਼ਿਆਦਾ ਵੀ। ਅੱਜ ਅਸੀਂ ਚੱਲੇ ਹਾਂ ਰੈਡਿੰਗ ਗੁਰਦੁਆਰੇ। ਰੈਡਿੰਗ ਇੱਕ ਜਗ੍ਹਾ ਹੈਗੀ ਹੈ UK ਵਿੱਚ, ਉੱਥੇ ਬਸ ਚੱਲੇ ਹਾਂ ਅਤੇ ਗੁਰਦੁਆਰੇ 'ਚ ਤੁਹਾਨੂੰ ਬਾਬਾ ਜੀ ਦੇ ਦਰਸ਼ਨ ਕਰਾਵਾਂਗੇ। ਬਸ ਥੋੜ੍ਹੇ 'ਚ ਅਸੀਂ ਲੇਟ ਹੋ ਗਏ ਹਾਂ। ਮੈਂ ਉਮੀਦ ਕਰਦੀ ਹਾਂ ਕਿ ਹਾਲੇ ਵੀ ਉੱਥੇ ਸ਼ਬਦ ਕੀਰਤਨ ਚੱਲਦਾ ਪਿਆ ਹੋਏਗਾ ਅਤੇ ਬੜੇ ਸੋਹਣੀ ਤਰ੍ਹਾਂ ਕੀਰਤਨ ਵੀ ਕਰ ਲਈਏ ਅਤੇ ਬਾਬਾ ਜੀ ਦੇ ਦਰਸ਼ਨ ਵੀ ਕਰ ਲਈਏ। ਅਤੇ ਚਲੀਏ ਫਿਰ ਨਿਕਲੀਏ ਅਤੇ ਚਲੋ ਤੁਹਾਨੂੰ ਲੈ ਕੇ ਚੱਲਦੇ ਹਾਂ ਰੈਡਿੰਗ ਗੁਰਦੁਆਰੇ। ਮੈਂ ਥੋੜ੍ਹੀ ਜਿਹੀ ਨਾ ਨਰਵਸ ਹੁੰਦੀ ਪਈ ਹਾਂ ਕਿ ਮੈਂ ਕੋਈ ਮਤਲਬ ਕਿ ਪੰਜਾਬੀ ਛੋੜ ਕੇ ਇੱਕਦਮ ਹਿੰਦੀ ਜਾਂ ਇੰਗਲਿਸ਼ 'ਚ ਗੱਲ ਨਾ ਕਰਨ ਲੱਗ ਪਾ, ਬਟ ਮੈਨੂੰ ਬੜਾ ਮਜ਼ਾ ਆ ਰਿਹਾ ਵੈਸੇ ਤੇ। ਚਲੀਏ, ਭਾਨੂ ਤੇ ਉਰਵਸ਼ੀ ਤਿਆਰ ਹੋ ਗਏ, ਉਹਨਾਂ ਨੂੰ ਵੀ ਦੇਖ ਲੈਂਦੇ। ਚਲੋ ਸਾਰੇ ਤਿਆਰ ਹੋ ਗਏ ਨਾ। ਅਬੀਰ ਕਿੱਥੇ ਹੈਗਾ? ਅਬੀਰ ਅਬੀਰ ਕਿੱਥੇ ਹੈ? ਇੱਥੇ ਆ ਇੱਥੇ ਆ ਜਾਓ। ਚਲੋ ਬਸ ਅਸੀਂ ਨਿਕਲਣ ਲੱਗੇ ਹਾਂ ਹੁਣ ਗੁਰਦੁਆਰੇ ਵਾਸਤੇ। ਸਤਿ ਸ੍ਰੀ ਅਕਾਲ ਜੀ। ਤੇ ਸਾਰੇ ਤਿਆਰ ਹੋ ਚੁੱਕੇ ਹੈਗੇ, ਚਲੀਏ। ਚਲੋ 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 ਸਾਰੇ ਲੋਕ ਚੱਲਦੇ ਹਾਂ। ਚਲੋ ਚਲੋ, ਸਾਨੂੰ ਵੀ ਪੰਜਾਬੀ ਵਿੱਚ ਗੱਲ ਕਰਨੀ ਅੱਜ। ਆਏ ਤੁਸੀਂ ਕਰੋ ਜੀ, ਕਿਉਂ ਨਹੀਂ। ਉਰਵਸ਼ੀ ਬਹੁਤ ਚੰਗੀ ਪੰਜਾਬੀ ਬੋਲਦੀ ਹੈ। ਉਰਵਸ਼ੀ ਨੂੰ ਪੂਰੀ ਪੰਜਾਬੀ ਆਉਂਦੀ ਹੈ? ਕੂੜਾ ਐੜਾ ਈੜੀ ਸੱਸਾ। ਨਹੀਂ ਨਹੀਂ ਨਹੀਂ, ਵਾਟ? ਮੈਨੂੰ ਮੈਨੂੰ ਪੰਜਾਬੀ ਸਮਝ ਚ ਆਉਂਦੀ ਹੈ, ਬਟ ਆਈ ਕੈਨ ਨਾਟ ਸਮਝ ਆਉਂਦੀ ਆ, ਬਟ ਮੈਨੂੰ ਇਤਨੀ ਫਲੂਐਂਟਲੀ ਬੋਲਣੀ ਨਾ ਆਦੀ, ਤਾਂ ਮੈਂ ਟਰਾਈ ਕਰੂੰਗੀ ਔਰ ਪ੍ਰੀਤੀ ਤੋਂ ਸਿੱਖੂੰਗੀ। ਮੈਂ ਟਰਾਈ ਕਰਾਂਗੀ। देखो किस तरह पत्ते गिरदे पे पेड़ा तो। चलिए ਬਸ ਅਸੀਂ ਗੁਰਦੁਆਰੇ ਪਹੁੰਚ ਗਏ ਹਾਂ ਔਰ ਗੁਰਦੁਆਰੇ ਦੇ ਅੰਦਰ ਜਾਣ ਲੱਗੇ ਹਾਂ, ਫਿਰ ਤੁਹਾਨੂੰ ਅੰਦਰ ਜਾ ਕੇ ਦਿਖਾਉਂਦੇ ਹਾਂ। ਸਾਨੂੰ ਲੱਗ ਰਿਹਾ
ਵੀ ਲੈਂਦੇ ਫਿਰ ਅਸੀਂ ਨਾਲ ਚੱਲਦੇ ਤੇ ਬਸ ਅਸੀਂ ਹੁਣ ਲੰਗਰ ਛਕਣ ਲੱਗੇ ਬਾਬਾ ਜੀ ਦੇ ਦਰਸ਼ਨ ਤੋਂ ਬਾਅਦ ਸਰਸੋਂ ਦਾ ਸਾਗ ਹੈ ਲੰਗਰ 'ਚ ਦਾਲ ਹੈਗੀ ਰਾਇਤਾ ਹੈ ਅਤੇ ਪ੍ਰਸ਼ਾਦਾ ਹੈ ਅਬੀਰ ਵੀ ਖਾਂਦਾ ਪਿਆ ਉਰਵਸ਼ੀ ਵੀ ਆ ਗਈ ਇਹ ਦੋਨੋਂ ਮੁੰਡੇ ਲੱਗੇ ਹੋਏ ਆ ਸੇਵਾ ਤੇ ਸੇਵਾ ਤਾਂ ਕਰਨੀ ਹੈ ਇਹ ਤੇ ਬਹੁਤ ਜ਼ਰੂਰੀ ਚੀਜ਼ ਹੈ ਹਾਂਜੀ ਜੀ ਹੋ ਗਏ ਬਰਤਨ ਸਾਂ ਹੋ ਗਏ ਚਲੋ ਬਰਤਨ ਨਹੀਂ ਭਾਂਡੇ ਅੱਜ ਮੈਂ ਪੰਜਾਬੀ 'ਚ ਗੱਲ ਕਰਨੀ ਹੈ ਭਾਂਡੇ ਮਾਜ ਦੋ चलो आ जाओ फिर दोनों लोग ठीक है करके सारे किचन में गुरुद्वारे की एंट्रेंस सारे अपने जूते इतने उतार देंगे उस तो बाद हाथ धो की जगह है तो बस सारे फिर अपने सारे कज के चंगी तरह अभी सारे फिर इतों के उत्ते जाने बाबा जी के दर्शन करेंगे ਸਾਡਾ ਗੁਰਦੁਆਰਾ ਸਾਡੇ ਬਾਬਾ ਜੀ ਇਹ ਜਗ੍ਹਾ ਬਣਾਈ ਹੋਈ ਹੈ ਕੋਈ ਬਜ਼ੁਰਗ ਬੰਦਾ ਹੈਗਾ ਉਹ ਥੱਲੇ ਨਹੀਂ ਬਹਿ ਸਕਦਾ ਅਤੇ ਉਹ ਇੱਥੇ ਬਹਿ ਕੇ ਬਾਬਾ ਜੀ ਦੇ ਸ਼ਬਦ ਕੀਰਤਨ ਦਾ ਆਨੰਦ ਉਠਾ ਸਕਦਾ ਮੈਂ ਇੱਕ ਵਾਰ ਫਿਰ ਦੱਸਣਾ ਚਾਹਵਾਂਗੀ ਜਿਹੜਾ ਗੁਰਦੁਆਰਾ ਤੁਸੀਂ ਮੇਰੇ ਬਲੌਗ 'ਚ ਦੇਖ ਰਹੇ ਹੋ ਰੈਡਿੰਗ ਦਾ ਗੁਰਦੁਆਰਾ ਹੈ ਹਾਂਜੀ ਭਾਈ ਲੰਗਰ ਚੱਕ ਲਿਆ ਸਾਰਿਆਂ ਨੇ ਹੁਣ ਚੱਕ ਲਿਆ ਲਿਆ ਬਹੁਤ ਹੋਈ ਸੁਜੀ ਜੀ ਕੀ ਬਹੁਤ ਹੀ ਸਵਾਦਿਸ਼ਟ ਲੰਗਰ ਸੀ ਚੌਥਾ जनरली ऐसे मैंने इसको बैठे जनरली कभी कमी देखा है अच्छा ਚਾਹ ਕਿਤਨੇ ਗੱਲਾਂ ਕਰਨੇ ਆ ਤੇ ਸਾਨੂੰ ਚਾਹ ਚਾਹੀਦੇ ਕਿਉਂਕਿ ਅਸੀਂ ਗਿਆਨੀ ਜੀ ਨਾਲ ਅਸੀਂ ਵੀ ਸਾਹ ਤੇ ਪਾਠ ਤੇ ਮਿਲੇ ਸੀ ਸਾਡੇ ਘਰ ਤੇ ਅੱਜ ਮਿਲਦੇ ਪਏ ਆ ਅੱਛਾ ਗਿਆਨੀ ਜੀ ਬਹੁਤ ਹੀ ਬਹੁਤ ਕਲੋਜ਼ ਹੈ ਸਾਡੀ ਫੈਮਿਲੀ ਤੇ ਬਸ ਅਸੀਂ ਹੁਣ ਗਿਆਨੀ ਜੀ ਨਾਲ ਬੈਠੇ ਆ ਤੇ ਗਿਆਨੀ ਜੀ ਸਾਨੂੰ ਕੁਝ ਚੰਗੀਆਂ ਗੱਲਾਂ ਦੱਸਦੇ ਪਏ ਆ ਤੇ ਮੈਂ ਕਿਹਾ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਮੈਂ ਇਹਨਾਂ ਦੇ ਸਾਹਮਣੇ ਉਹ ਅੱਛੇ ਲੱਗਦਾ ਪਰ ਫਿਰ ਉਹ ਜਿੱਥੋਂ ਗੱਲ ਚੱਲਦੀ ਸੀ ਵੀ ਫਰੈਂਡ ਵੀ ਤਾਂ ਹੀ ਬਣਦੇ ਅੱਛੇ ਜੇ ਪਤਾ ਆਪ ਅੱਛਾ ਕਹਿੰਦੇ ਤੁਲਸੀ ਜੀ ਰਾਇਥਰੋ ਜਿਹਨੇ ਉਹ ਕਹਿੰਦੇ ਵੀ ਤੁਲਸੀ ਜੀ ਕਹਿੰਦੇ ਨੇ ਕਹਿੰਦੇ ਵੀ ਆਸ਼ਾ ਇਸ਼ਟ ਉਪਾਸ਼ਨਾ ਖਾਨ ਪਾਨ ਪਹਿਰਾਨ ਤੁਲਸੀ ਜਾ ਕੇ ਖੱਟ ਮਿਲੇ ਸੱਜਣ ਸਹੀ ਜਾ ਹੁਣ ਉਹਦਾ ਮਤਲਬ ਕੀ ਹੈ ਮੀਨ ਜਿਨ੍ਹਾਂ ਦੀਆਂ ਛੇ ਗੱਲਾਂ 'ਚੋਂ ਬਣ ਜਾਣਾ ਨਾ ਕੁਛ ਗੱਲਾਂ ਮਿੱਤਰਤਾ ਉਹਨਾਂ ਦੀ ਮਿਲਦੀ ਹੈ ਬਿਲਕੁਲ ਸਹੀ ਬਿਲਕੁਲ ਸਹੀ ਅਤੇ ਅੱਜ ਗਿਆਨੀ ਜੀ ਦੱਸ ਰਹੇ ਸੀ ਇੱਥੇ ਕੋਈ ਹਿੰਦੂ ਮੁਸਲਿਮ ਸਿੱਖ ਇਸਾਈ ਦੀ ਗੱਲ ਨਹੀਂ ਗੀ ਜਿਹੜਾ ਧਰਮ ਆ ਗਿਆਨੀ ਜੀ ਨਾਲ ਦੱਸਿਆ ਸੀ ਅਸੀਂ ਦੱਸਿਆ ਵੀ ਧਰਮ ਜਿਹੜੇ ਹੈਗੇ ਜੇ ਆਪਾਂ ਕਹਿੰਦੇ ਵੀ ਆਹ ਸਿੱਖ ਆ ਉਹ ਤਾਂ ਇੱਕ ਸਿੱਖ ਧਰਮ ਨਹੀਂ ਹੈ ਉਹ ਮਜ਼ਹਬ ਆ ਮਤਵ ਆ ਮੁਸਲਮਾਨ ਇੱਕ ਮਤਵ ਆ ਹਿੰਦੂ ਇੱਕ ਮਤਵ ਆ ਉਹ ਧਰਮ ਨਹੀਂ ਹੈ ਧਰਮ ਕੀ ਆ ਧਰਮ ਇੱਕ ਇਕੱਲਾ ਸੱਚ ਵਾ ਉਹ ਸਾਰਿਆਂ ਦੇ ਲਈ ਸੱਚ ਜਿਹੜਾ ਵਾ ਕਿਉਂਕਿ ਰੱਬ ਗੋਡ ਸੱਚਾ ਇੱਕੋ ਹੀ ਆ ਤੇ ਜਾਂ ਸੱਚ ਸੱਚ ਇੱਕ ਵਾ ਅਤੇ ਇਸ ਕਰਕੇ ਧਰਮ ਬੰਦੇ ਦਾ ਕਿਸੇ ਦਾ ਵੀ ਕੋਈ ਮੁਸਲਮਾਨ ਨਹੀਂ ਕੋਈ ਹਿੰਦੂ ਨਹੀਂ ਧਰਮ ਜਿਹੇ ਜੋ ਹੈ ਉਹ ਸੱਚ ਵਾ ਇਕੱਠੇ ਹੋ ਜਾਂਦੇ ਨੇ ਫਿਰ ਉਹਨਾਂ ਦੀ ਮਿੱਤਰਤਾ ਦਿੰਦੇ ਤਾਂ ਹੀ ਤੁਹਾਡਾ ਜਿਹੜਾ ਗਰੁੱਪ ਆ ਦੋਸਤਾਂ ਮਿੱਤਰਾਂ ਦਾ ਪ੍ਰੀਤੀ ਦਾ ਤੁਹਾਡਾ ਇਹਨਾਂ ਦਾ ਜੋ ਵੀ ਤੁਹਾਡਾ ਗਰੁੱਪ ਆ ਬਹੁਤ ਅੱਛਾ ਬਹੁਤ ਨੀਕ ਡੂ ਲਾਈਕ ਦਿਸ ਡੂ ਲਾਈਕ ਦਿਸ ਨੋ ਗਿਆਨੀ ਜੀ ਵਾਹਿਗੁਰੂ ਸੇ ਅਜ ਬਲ ਵਾਹਿਗੁਰੂ ਵਾਹਿਗੁਰੂ ਦੈਨ ਨੈਕਸਟ ਫਿਗਰ ਵਾਹਿਗੁਰੂ 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 ਓਕੇ ਦੈਟਸ ਗੁੱਡ ਯੂ ਰਿਮੈਂਬਰ ਹੋਏ ਵੈਰੀ ਗੁੱਡ ਬੋਏ ਇਹ ਤਾਂ ਹਮ ਕੁਝ ਜਲਦੀ ਕਰੇਂਗੇ ਕੋਸ਼ਿਸ਼ ਮੇਂ ਲਾਸਟ ਟਾਈਮ ਬਹੁਤ ਲੇਟ ਹੋ ਗਏ ਨਹੀਂ ਨਹੀਂ ਅੱਛਾ ਹੋ ਗਿਆ ਫਿਰ ਵੀ ਨਹੀਂ ਹਾਂ ਬਹੁਤ ਨਹੀਂ ਬੜੀ ਚੰਗੀ ਰੌਣਕ ਲੱਗੀ ਸੀ ਬਹੁਤ ਚੰਗਾ ਪਰ ਆਲ ਕੀ ਪ੍ਰੋਬਲਮ ਤੁਹਾਡਾ ਵਿਸ਼ੇਸ਼ ਹੋਗਾ ਓ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਆਪਾਂ ਕੋਸ਼ਿਸ਼ ਇਵਨ ਗੰਗਾ ਦਾ ਪਾਣੀ ਸਭ ਤੋਂ ਵਧੀਆ ਮੰਨਿਆ ਜਾਂਦਾ ਸੀ ਪਵਿੱਤਰ ਮੰਨਿਆ ਜਾਂਦਾ ਸੀ
ਉਹਦੇ ਵਿੱਚ ਵੀ ਸਾਡੇ ਲੋਕਾਂ ਨੇ ਚੰਦ ਕੀ ਪਾਤੀ ਤੋ ਹਾਂ ਬੱਚੋਂ ਕੋ ਸੇ ਕਾਨਸਰਟ ਮੇ ਇੱਕ ਥੀਏਟਰ ਮੇ ਅੱਛਾ ਬੱਚੋਂ ਕਾ ਸਾਰਾ ਕਾਨਸਰਟ ਕਰਾਤੀ ਹੈ ਉਹ ਤੋ ਹਰ ਇੱਕ ਇਸਕੋ ਟਵਿੰਕਲ ਟਵਿੰਕਲ ਬਜਾਣਾ ਹੈ ਐਸੇ ਕੋਈ ਆ ਕੇ ਕੁਛ ਹੋਰ ਬਜਾਏਗਾ ਹਾਂ ਕਈ ਕਈ ਤੋ ਬੱਚੇ ਬਹੁਤ ਬਹੁਤ ਅੱਗੇ ਜਾ ਚੁੱਕੇ ਹੈ ਜਿਵੇਂ ਨਰਮਸਾ ਗਾਣਾ ਪੂਰੀ ਸੇਵਾ ਸਪੈਸ਼ਲ ਜੀ ਚਾਹ ਬਣਾਈ ਹੈ ਇਹ ਬਹੁਤ ਸਾਰਾ ਹੱਥ ਮਾਦਰ ਸ਼ਾਮਿਲ ਹੈ हमें अभी इतना अच्छा लगा पूरा चक्कर हम ना वैसे ही खाना वैसे ही बड़ा पता कम ही खाते हैं क्या बहुत चंगा लगे ज्ञानी जी तानू मिलके जो दे रहो वैल्यू कृपा करे ते ताडी लंबी उम्र होए जॉब में तरक्की करो अमीर अमीर जरा ए जज बने इन्हीं पढ़ाई करा दे रही है मजिस्ट्रेट बने गए आए थैंक यू जी थैंक यू लंगर छक लिया इन्नी तकलीफ ना करो नहीं कोई गल नहीं तो इंडिया का साग भी खाना ना बिल्कुल बिल्कुल आपका आशीर्वाद चाहिए बस ਬਖਸ਼ਿਸ਼ ਕੀਤੀ ਪੜ੍ਹੇ ਲਿਖੇ ਦਿਲ ਨਿਮਰਤਾ ਦਇਆ ਜਿਹੜੀ ਤੁਹਾਡੇ ਅੰਦਰ ਉਹ ਸਭ ਤੋਂ ਵਧੀਆ ਬਹੁਤ ਬਹੁਤ ਸ਼ੁਕਰੀਆ ਚਲੋ ਸਤਿ ਸ਼੍ਰੀ ਅਕਾਲ ਗਿਆਨੀ ਜੀ ਸਤਿ ਸ਼੍ਰੀ ਅਕਾਲ